ਕਮਲ ਸਿੰਘ ਪੁੱਤਰ ਨੈਬ ਸਿੰਘ ਵਾਸੀ ਬਰਾੜ ਜਿਹਨੇ ਆਪਣੀ ਸਟੇਟਮੈਂਟ ਰਿਕਾਰਡ ਕਰਵਾਈ ਸੀਗੀ ਥਾਣੇ ਸਾਦਕ ਕਿ ਉਸਦੇ ਪਾਸੋਂ ਜਦੋਂ ਆਪਣੇ ਪਿੰਡ ਨੂੰ ਆ ਰਿਹਾ ਸੀਗਾ ਤਾਂ ਸੇਮ ਨਾਲਾ ਕੱਦੂ ਕੁੱਦੂ ਵਾਲਾ ਉਹਦਾ ਜਿਹੜਾ ਮੋਟਰਸਾਈਕਲ ਹੈ ਤਿੰਨ ਮੋਨੇ ਨੌਜਵਾਨਾਂ ਨੇ ਮਾਰੂ ਹਥਿਆਰ ਅਤੇ ਰਾਤ ਧਮਕਾ ਕੇ ਉਹਦਾ ਖੋਲ੍ਹਿਆ ਜਿਸ ਦੇ ਆਧਾਰ 'ਤੇ ਇੱਕ FIR ਨੰਬਰ 68 ਮਿਤੀ 1/9/2019 ਦਰਜ ਰਜਿਸਟਰ ਹੋਈ ਜੋ ਇਸ ਕੇਸ ਦੇ ਵਿੱਚ ਅਕਿਊਜ਼ਡ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਬਾਗੜ ਸਿੰਘ ਸਾਗਰ ਸਿੰਘ ਸੋਰੀ ਪੁੱਤਰ ਜੱਸਾ ਸਿੰਘ ਭਲਵਾਨ ਸਿੰਘ ਪੁੱਤਰ ਜਰਨੈਲ ਸਿੰਘ ਜਿਹੜੇ ਕਿ ਬਸਤੀ ਬਾਗਵਾਲੀ ਫਿਰੋਜ਼ਪੁਰ ਅਤੇ ਸੋਟੇ ਵਾਲਾ ਪਿੰਡ ਦੇ ਰਹਿਣ ਵਾਲੇ ਹਨ ਡਿਊਰਿੰਗ ਇਨਵੈਸਟੀਗੇਸ਼ਨਸ ਸਾਦਕ ਪੁਲਿਸ ਵੱਲੋਂ ਜਿਹੜੇ 7 ਮੋਟਰਸਾਈਕਲ 6 ਮੋਟਰਸਾਈਕਲ ਅਤੇ 1 ਐਕਟਿਵਾ ਬਰਾਮਦ ਕੀਤਾ ਜੋ ਇਹ ਜਿਹੜੇ ਮੋਟਰਸਾਈਕਲ ਉਹ ਮੋਟਰਸਾਈਕਲ ਨੇ ਜਿਹੜੇ ਮੋਟਰਸਾਈਕਲ ਜਦੋਂ ਖੋਹ ਕੇ ਲੈ ਗਏ ਇਸ ਤੋਂ ਇਲਾਵਾ ਜਿਹੜੇ ਮੋਟਰਸਾਈਕਲ ਨੇ ਜਿਹਦੀ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਦੌਰਾਨ ਇਹ ਪਤਾ ਲੱਗੂਗਾ ਵੀ ਇਹ ਮੋਟਰਸਾਈਕਲ ਜਿਹੜੇ ਇਹਨਾਂ ਨੇ ਅਤੇ ਐਕਟਿਵਾ ਕਿੱਥੋਂ ਖੋਏ ਨੇ ਜਾਂ ਚੋਰੀ ਕੀਤੇ ਨੇ ਜੋ ਡਿਊਰਿੰਗ ਇਨਵੈਸਟੀਗੇਸ਼ਨ ਜਿਹੋ ਜਿਹੇ ਫੈਕਟਸ ਹੋਣ ਜਦੋਂ ਫਾਇਲ 'ਤੇ ਲਿਆਂਦਾ ਜਾਊਗਾ ਇਹਦੇ 'ਚ ਕੁੱਲ 3 ਮੁਲਜ਼ਮ ਨੇ ਮੇਬੀ ਹੋ ਸਕਦਾ ਇਹਨਾਂ ਨਾਲ ਹੋਰ ਵੀ ਹੋਣ ਉਹ ਡੈਰੋਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੌਰਾਨ ਜਿਵੇਂ ਜਿਵੇਂ ਪਤਾ ਚੱਲੂਗਾ ਉਸਦੇ ਅਕੋਰਡਿੰਗ ਕੰਮ ਬਿਲਕੁਲ ਬਿਲਕੁਲ ਉਸ ਤਰ੍ਹਾਂ ਦਾ ਮਾਰੂ ਹਥਿਆਰ ਜਿਸ ਤਰ੍ਹਾਂ ਡਾਂਗ ਵਗੈਰਾ ਸੋਟੇ ਵਗੈਰਾ ਜਾਂ ਹੋਰ ਕਿਰਚ ਵਗੈਰਾ ਉਹਨਾਂ ਤੋਂ ਬਰਾਮਦ ਹੋਈ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਵਕੀਲ ਸਿੰਘ ਜਿਹੜੇ SHO ਮੁੱਖ ਅਫਸਰ ਥਾਣਾ ਸਾਦਕ ਨੇ ਉਹ ਕਰ ਰਹੇ ਨੇ ਜਿਵੇਂ ਵੀ ਇਹਦੇ ਵਿੱਚ ਨਵੇਂ ਨਵੇਂ ਫੈਕਟਸ ਆਉਣਗੇ ਉਹਦੇ ਅਕੋਰਡਿੰਗ ਵੀ ਕੰਮ ਕੀਤਾ ਜਾਵੇ ਉਹ ਅਸੀਂ ਪਤਾ ਕਰ ਰਹੇ ਹਾਂ ਵੀ ਪਹਿਲਾਂ ਇਹਨਾਂ ਦੇ ਖਿਲਾਫ਼ ਕਿਹੜੇ ਕੇਸ ਰਜਿਸਟਰ ਹੋਏ